हिम्मत ਜਿੱਥੇ ਤੁਸੀਂ ਪੜ੍ਹਾਈ ਕੀਤੀ ਵੱਡੇ ਹੋਏ ਤੇ ਉਥੇ ਦਾ ਠੀਕ ਹੈ ਕਿ ਵੀ ਤੁਹਾਡਾ ਜਿਹੜਾ ਆਪਣਾ ਸਰਕਲ ਸੀਗਾ ਉਹ ਤਾਂ ਤੁਹਾਡੇ ਨਾਲ ਇਹੀ ਲੈਂਗੁਏਜ ਦੇ ਲੋਕ ਸੀਗੇ ਆਪਣੇ ਪੰਜਾਬੀ ਲੈਂਗੁਏਜ ਦੇ ਲੋਕ ਪੰਜਾਬੀ ਲੋਕ ਸੀਗੇ ਪਰ ਜਿਹੜਾ ਉਹ ਪੂਰਾ ਏਰੀਆ ਸੀ ਉਹ ਯੂਪੀ ਦਾ ਏਰੀਆ ਰਿਹਾ ਉਹ ਹੈ ਨਾ ਤੇ ਦੇਖੋ ਚਾਹੇ ਤੁਸੀਂ ਆਪ ਕਦੀ ਉਹ ਗਾਣੇ ਦੀ ਚੁਆਇਸ ਨਾ ਕੀਤੀ ਹੋਵੇ ਪਰ ਕਈ ਵਾਰੀ ਉਦੋਂ ਉਹੀ ਰੀਜਨ ਦੇ ਸੁਪਰ ਹਿੱਟ ਸੌਂਗਸ ਹੁੰਦੇ ਆ ਜਿਹੜੇ ਹਿੰਦੀ ਹੋਣ ਚਾਹੇ ਯੂਪੀ ਲੈਂਗੁਏਜ ਦੇ ਹੋਣ ਪਰ ਕੁਦਰਤੀ ਕੰਨਾਂ 'ਚ ਪੈਂਦੇ ਆ ਤੇ ਬੰਦਾ ਗੁੰਗੁਣਾ ਹੁੰਦਾ ਯੂਪੀ ਦਾ ਕੋਈ ਗਾਣਾ ਗਾਇਆ ਕਦੀ ਮੈਂ ਬੜਾ ਕਾਫੀ ਗਾਣੇ ਗਾਏ ਆ ਯੂਪੀ ਵਾਲੇ ਮਤਲਬ ਯੂਪੀ ਵਾਲੇ ਗਾਣੇ ਨਹੀਂ ਹਿੰਦੀ ਕਹਿ ਲਓ ਹਾਂ ਬਾਲੀਵੁੱਡ ਦੀਆਂ ਫਿਲਮਾਂ ਫਲਮਾਂ ਦੇ ਗਾਣੇ ਉਹ ਜਿੱਦਾਂ ਹੁਣ ਮੈਂ ਜਿੱਦਾਂ ਸਕੂਲ ਦੀ ਗੱਲ ਕੀਤੀ ਤੁਸੀਂ ਸਕੂਲ ਜਿਹੜਾ ਸੀ ਸਾਡਾ ਉੱਥੇ ਅਸੀਂ ਸਾਰੇ ਪੰਜਾਬੀ ਸੀਗੇ ਹਾਂ ਮਤਲਬ ਹੁੰਦੇ ਸੀ ਨਾਨ ਪੰਜਾਬੀ ਵੀ ਪਰ ਬ ਯੋਕੀ ਸਕੂਲ ਸੀ ਬਾਬਿਆਂ ਦਾ ਹਾਂ ਤੇ ਉੱਥੇ ਪੰਜਾਬੀ ਸਬਜੈਕਟ ਸਿਰਫ ਉਸ ਸਕੂਲ ਦੇ ਵਿੱਚ ਹੀ ਸੀ ਜਿੱਥੇ ਅਸੀਂ ਪੜੇ ਹਾਂ ਤੇ ਮੈਨੂੰ ਲੱਗਦਾ ਘਰਦਿਆਂ ਸਾਨੂੰ ਪਾਇਆ ਵੀ ਤਾਂ ਕਰਕੇ ਸੀ ਕਿ ਉੱਥੇ ਪੰਜਾਬੀ ਵੀ ਆ ਗਈ ਲਿਖਣ ਪੜ੍ਹਨ ਦੀ ਹਾਂ ਤੇ ਜਿਹੜੇ ਫਰੈਂਡ ਸਰਕਲ 'ਚ ਮੇਰੇ ਨੌਨ ਪੰਜਾਬੀ ਵੀਰ ਆਏ ਇੱਕ ਦੋ ਉਹ ਜਦੋਂ ਮੈਂ +1 +2 'ਚ ਗਿਆ ਉੱਥੋਂ ਉਹ ਉਹ 10ਵੀਂ ਤੱਕ ਹੀ ਸੀਗਾ ਸਕੂਲ ਤੇ ਉੱਥੇ ਜਾ ਕੇ ਮਿਲੇ ਗਾਣੇ ਗੋਣੇ ਤੇ ਬਾਕੀ ਚੱਲਦੇ ਰਹਿੰਦੇ ਨੇ ਤੇ ਹਿੰਦੀ ਕਿਹੜਾ ਗਾਣਾ ਗਾਇਆ ਮੈਂ ਹਿੰਮਤ ਤੋਂ ਕੋਈ ਅੱਜ ਤੱਕ ਹਿੰਦੀ ਗਾਣਾ ਸੁਣਿਆ ਨਹੀਂ ਨਾਮਕਦੀ ਲਾਈਵ ਸ਼ੋਅ ਸੁਣਿਆ ਹਿੰਦੀ ਆ ਕਿ ਐਕਸਪੈਰੀਮੈਂਟ ਹੀ ਨਹੀਂ ਕੀਤਾ ਮੈਂ ਸੁਣਾਉਣਾ ਪਹਿਲਾਂ ਵੀ ਮੈਂ ਗਾਇਆ ਇੱਕ ਥਾਂ ਤੇ ਇਹ ਸ਼ੁਰੂ ਇਹ ਹਿੰਦੀ ਗਾਣੇ ਜਿਹੜੇ ਮੈਂ ਬਹੁਲੇ ਜ਼ਿਆਦੇ ਗਾਉਣ ਲੱਗਿਆ ਜਦੋਂ ਮੈਂ ਉੱਥੇ ਯੂਪੀ ਸਿੱਖਣਾ ਸਿੱਖਣਾ ਸੀ ਨਾ ਜਦੋਂ ਤੇ ਉੱਥੇ ਜਿਵੇਂ ਹੁਣ ਸਾਡੇ ਲਿੰਕ 'ਚ ਕੋਈ ਪੰਜਾਬੀ ਉਸਤਾਦ ਨਹੀਂ ਹੈਗਾ ਸੀ ਤੇ ਜਿਹੜਾ ਬੰਦਾ ਸਾਨੂੰ इजीली ਮਿਲਿਆ ਉਹ ਸੀਗੇ ਹਿੰਦੂ ਸੀਗੇ ਸਾਰੇ ਤੇ ਉਹਨਾਂ ਤੋਂ ਮੈਂ ਸ਼ੁਰੂਆਤ ਕੀਤੀ ਜਿਵੇਂ 5-6 ਮਹੀਨੇ ਉਹਨਾਂ ਤੋਂ ਕਲਾਸਾਂ ਲਈਆਂ ਤੇ ਉਹਨਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਉਹਨਾਂ ਨੇ ਮੈਨੂੰ ਹਿੰਦੀ ਚ ਸਿਖਾਉਣਾ ਸ਼ੁਰੂ ਕੀਤਾ ਸਾਰਾ ਤੇ ਉਹਨਾਂ ਨੇ ਮੈਨੂੰ ਗਾਣੇ-ਗੁਣੇ ਕਰਾਏ ਉਹਨਾਂ 'ਚੋਂ ਇੱਕ ਗਾਣਾ ਸੀਗਾ ਮੈਂ ਸੁਣਾਵਾਂ ਆਜੋ 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 ਜੀ चांद सी महबूबा हो मेरी कब ऐसा मैंने सोचा था हां तुम बिल्कुल वैसी हो जैसा मैंने सोचा था ना कसम है ना रस्म है ना शिकवे हैं ना वादे हैं एक सूरत भोली भाली है दो नैना सीधे साधे हैं दो नैना सीधे साधे हैं ऐसा ही रूप ख्यालों में था मेरे जैसा मैंने सोचा था हाँ तुम बिल्कुल वैसी हो जैसा मैंने सोचा था आए आए ਨਾ ਸੋਹਣਾ ਨਾ ਗਾਣਾ ਬਹੁਤ ਕੈਂਟ ਯਾਰ ਹਿੰਮਤ ਮੈਂ ਬਹੁਤ ਗੋਨਾ ਇਹਦਾ ਮੈਂ ਕਵਰ ਗੁਰ ਬਣਾ ਬਹਿਣਾ ਕਦੀ ਅਰੇ ਯਾਰ ਬਹੁਤ ਵਧੀਆ ਹਿੰਮਤ ਜਮਾਈ ਨਹੀਂ ਲੱਗਿਆ ਕਿ ਵੀ ਪੰਜਾਬੀ ਟੱਚ ਆਊਗਾ ਵਿਚਾਰ ਨਹੀਂ ਮੈਂ ਗਾ ਲੇ ਨਾ ਗਾਣੇ ਦੇ ਬਹੁਤ ਗੋਨਾ ਐ ਮੈਂ ਇਹਨਾਂ ਚ ਇਹਨਾਂ ਗਾਣਿਆਂ ਚ ਸਵਾਦ ਹੁੰਦਾ ਵਾ ਆਪਾਂ ਆਪਣੇ ਰੂਹ ਦੀ ਖਰਾਕ ਲਈ ਇਹ ਗਾਣੇ ਇਹ ਆ ਗਾਣੇ ਉਹ ਜਿਹੜੇ ਕਿਤੇ ਕੱਲਾ ਬੈਠਾ ਵਾਂ ਕਿਤੇ ਮੈਂ ਗੱਡੀ ਚ ਟਰੈਵਲ ਕਰਨਦਿਆਂ ਫਿਰ ਮੇਰੇ ਇਹ ਗਾਣੇ ਨਿਕਲਦੇ ਆ ਆਪ ਮਹਾਰੇ ਸੌ ਲੱਗੇ ਜਦੋਂ ਆਪਾਂ ਹੁਣ ਮਿਲਣਾ ਸੀ ਨਾ ਇਹ ਤੋਂ ਪਹਿਲਾਂ ਮੈਂ ਸੋਚ ਰਿਹਾ ਸੀਗਾ ਮੈਂ ਨਾ ਸੋਚੀ ਜਾਵਾਂ ਮੈਂ ਕਿ ਯਾਰ ਮੈਂ ਕਿ ਯਾਰ ਬਾਈ ਲਈ ਬਾਲੀਵੁੱਡ ਦਾ ਸਫਰ ਕਦੀ ਹੋ ਸਕਦਾ ਸ਼ੁਰੂ ਮੈਂ ਕਿ ਯਾਰ ਬਾਈ ਤੇ ਯਾਰ ਪਤਾ ਨਹੀਂ ਹਿੰਦੀ ਚੱਜੂਗੀ ਕਿ ਨਹੀਂ ਚੱਜਦੀ ਹੋਊਗਾ ਮੈਂ ਸੋਚ ਰਿਹਾ ਸੀ ਯਾਰ ਇਹ ਤਾਂ ਥੋੜਾ ਸਫਰ ਨੀੜੀ ਹੈ ਬਾਲੀਵੁੱਡ ਵਾਲਾ ਵੀ ਤੇ ਹੁਣ ਚਲੋ ਰੱਬ ਦੇ ਹੱਥ ਹੈ ਹਾਂ ਉਹ ਰੱਬ ਦੇ ਹੱਥ ਹੀ ਹੈ ਪਰ ਇਹ ਨਹੀਂ ਰੱਬ ਦੇ ਹੱਥ ਹੈ ਪਰ ਤੁਸੀਂ ਕਦੀ ਆਪਣੇ ਵੱਲੋਂ ਜੇ ਲੋਕਾਂ ਨੂੰ ਪਤਾ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਵੀ ਯਾਰ ਹਿੰਮਤ ਹਿੰਦੀ ਗਾਣਾ ਗਾਊਗਾ ਜਾਂ ਨਹੀਂ ਹੁਣ ਤੁਸੀਂ ਗਾਇਆ ਬਹੁਤ ਸੋਹਣਾ ਪਰ ਇਦਾਂ ਦਾ ਐਕਸਪੈਰੀਮੈਂਟ ਕਰੋ ਤਾਂ ਸ ਫਿਲਹਾਲ ਆਪਾਂ ਉਹਨਾਂ ਚੀਜ਼ਾਂ 'ਚ ਆਪਣੀਆਂ ਪੰਜਾਬੀ ਗਾਣਿਆਂ 'ਚ ਲੱਗੇ ਆ ਤੇ ਕੋਈ ਐਵੇਂ ਦਾ ਮੈਂ ਕਹਿੰਨਾ ਛੇਤੀ ਸਬਬ ਬਣੇ ਕੋਈ ਐਵੇਂ ਦਾ ਮੌਕਾ ਮਿਲੂਗਾ ਤੇ ਮੈਂ ਪੂਰੇ ਵਟ ਕੱਢੂੰਗਾ ਜੀ ਮੈਂ ਚੱਕਰੀ ਕੋਈ ਨਹੀਂ ਹਾਂ ਜੱਜਦੀ ਏ ਯਾਰ ਮੈਂ ਤਾਂ ਅੱਜ ਲਾਈਵ ਵੀ کہہ ਰਿਹਾ ਤੁਹਾਨੂੰ ਸੱਚੀ ਗੱਲ ਹੈ ਜੱਜਦੀ ਜਮਾਈ ਨਹੀਂ ਪੰਜਾਬੀ ਟੋਨ ਲੈ ਲੈਣਾ ਪੰਗਾ ਪੈ ਜੀ ਕੋਈ ਚੱਕਰੀ ਲੈ ਲਿਓ ਪੰਗਾ ਸੱਚੀ ਗੱਲ ਹੈ